ਹੈਲੋ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਸ ਸਿੱਧੂ ਤੇ ਅੱਜ ਅਸੀਂ ਬਣਾਉਣ ਲੱਗੇ ਹਾਂ ਕੁਛ ਖਾਣ ਪੀਣ ਲਈ। ਥੋੜ੍ਹਾ ਜਿਹਾ ਮੌਸਮ ਸੀਗਾ ਅੱਜ ਘੈਂਟ ਜਿਹਾ, ਵੇਖੋ ਇਸੇ ਕਰਕੇ ਅਸੀਂ ਅੱਜ ਬਣਾਉਣ ਲੱਗੇ ਹਾਂ ਬ੍ਰੈਡ ਪਕੌੜੇ। ਆ ਜਾਓ, ਜ਼ਿਆਦਾਤਰ ਸਰੋਂ ਦੇ ਤੇਲ ਵਿੱਚ ਹੀ ਬਣਾਈਦੇ ਆ, ਰਿਫਾਈਨ ਵਿੱਚ ਨਾ ਯੂਜ਼ ਕਰਿਆ ਕਰੋ। ਸਰੋਂ ਦਾ ਤੇਲ ਬਹੁਤ ਵਧੀਆ ਹੁੰਦਾ ਸਿਹਤ ਵਾਸਤੇ। ਹਰ ਸਬਜ਼ੀ ਤੁਸੀਂ ਇਹਦੇ ਵਿੱਚ ਹੀ ਬਣਾਇਆ ਕਰੋ, ਤਰੀ ਵਾਲੀ ਉਸ ਬਣਾ ਲਓ ਰਿਫਾਈਨ 'ਚ, ਪਰ ਸੁੱਕੀ ਸਬਜ਼ੀ ਸਰੋਂ ਦੇ ਤੇਲ ਵਿੱਚ ਹੀ ਬਣਾਇਆ ਕਰੋ। ਹੁਣ ਮੈਂ ਬੇਸਣ ਲੈ ਲਿਆ ਵਾ, ਇਹਨੂੰ ਹੁਣ ਆਪਾਂ ਘੋਲਣਾ ਘੋਲਣਾ ਵਾ, ਜਿਹੜਾ ਮਿਕਸਚਰ ਤਿਆਰ ਕਰਨਾ ਪਕੌੜਿਆਂ ਵਾਸਤੇ। ਜਿਹੜੇ ਮਸਾਲੇ ਪਾਉਣੇ ਆਪਦੇ ਅਕੋਰਡਿੰਗ ਪਾ ਗਏ, ਜਿਵੇਂ ਤੁਹਾਨੂੰ ਸਹੀ ਲੱਗਦੀ ਹੈ ਆਪਦੇ ਟੇਸਟ ਦੇ ਅਕੋਰਡਿੰਗ ਪਾ ਦਿਓ। नमक, गरम मसाला, चाट मसाला, थोड़ी जी पा दी मेथी, थोड़ा जी होर पा लियो, फिर पा दी। वैसे धनिया भी पा सकते हैं, हरी मिर्च भी पा सकते हैं। ਮਿਕਸ ਕਰ ਲਓ, ਥੋੜ੍ਹਾ ਜਿਹਾ ਪਾਣੀ ਪਾ ਪਾ ਕੇ। ਲਓ ਜੀ, ਆਪਣਾ ਵੇਸਣ ਦਾ ਜਿਹੜਾ ਮਟੀਰੀਅਲ ਜਿਹਾ ਆਪਾਂ ਕਰਨਾ ਸੀ ਉਹ ਗਿਆ ਰੈਡੀ। ਇਹ ਤੁਸੀਂ ਆਪਦੇ ਅਕੋਰਡਿੰਗ ਰੱਖ ਸਕਦੇ ਹੋ ਜਿਵੇਂ ਤੁਹਾਨੂੰ ਸਹੀ ਲੱਗਦਾ ਵਾ, ਨਾ ਜ਼ਿਆਦਾ ਮੋਟਾ ਹੋਏ ਨਾ ਜ਼ਿਆਦਾ ਪਤਲਾ। ਸਿੰਪਲ ਬ੍ਰੈਡ, ਪਲੇਨ ਆਲੂ ਵਾਲੇ ਨਹੀਂ, ਸਿੰਪਲ ਕੱਟ ਕੇ ਬਸ ਪਲੇਨ ਤਲ ਕੇ। ਅਸੀਂ ਹਰ ਚੀਜ਼ ਆਲੂ ਖਾ ਖਾ ਕੇ ਆਲੂ ਮੱਛੇ ਤੋਂ ਬਣੀ ਆ ਅੱਕ ਗਏ ਆ ਖਾ ਖਾ ਆਲੂ, ਇਸ ਲਈ ਅਸੀਂ ਅੱਜ ਸਿੰਪਲ ਹੀ ਬਣਾਵਾਂਗੇ, ਆਲੂ ਭਰ ਕੇ ਨਹੀਂ ਬਣਾਵਾਂਗੇ, ਬਸ ਸਿੰਪਲ ਬੇਸਣ ਦਾ ਬ੍ਰੈਡ ਪਕੌੜਾ। ਬਸ ਇਸੇ ਤਰ੍ਹਾਂ ਹੀ ਸਾਰੇ ਅੱਕ ਕਰ ਲਿਓ। ਕਿਸੇ ਬੱਚੇ ਦੀ ਕਲਾਸ ਚੰਗੀ ਪਈ ਸੀ ਇੰਗਲਿਸ਼ 'ਚ, ਅਸੀਂ ਪਹਿਲਾਂ ਹੀ ਕਲਾਸ ਲਾ ਲਈ। ਅੱਛਾ, ਅੱਛਾ ਕਿਸੇ ਹੋਰ ਦੀ ਕਲਾਸ 'ਚ ਵੜ ਗਏ ਤੁਸੀਂ। ਆਹ ਦੇਖ ਲਓ ਰੂਬੂ ਦੀ ਚੱਲਦੀਆਂ ਔਨਲਾਈਨ ਸਟੱਡੀ ਰਬੂ ਦੀਆਂ, ਅਤੇ ਆਹ ਸਾਰਾ ਪੰਗਾ ਕਰਨਾ ਪੈਂਦਾ, ਤੜਕੇ ਤੜਕੇ ਜੁਆਇਨ ਕਰਾਓ, ਪਹਿਲਾਂ ਫਲਾਨਾ ਕਰੋ, ਧਿਆਨ ਕਰੋ। ਹਾਂ ਸਿੱਧੂ ਚੋਣ ਵਾਲਾ ਬਾਈ ਹੋਏ, ਆਹ ਬਾਈ ਨਾ ਗਿਆ ਹੁਣ। ਜਿਹੜੇ ਐਂ ਸਿੰਗਲ ਕਰਕੇ ਬ੍ਰੈਡ ਖਾਂਦੇ ਨਾ, ਇਹ ਜ਼ਿਆਦਾ ਖਾਧੇ ਜਾਂਦੇ, ਅਤੇ ਦੂਜੇ ਤਾਂ ਦੋ ਦੋ ਪੀਸ ਖਾਧੇ ਜਾਂਦੇ, ਸਵਾਦ ਜਿਹਾ ਨਹੀਂ ਆਉਂਦਾ ਖਾਣ ਦਾ। ਤਾਂ ਕਰਕੇ ਅਸੀਂ ਇਹ ਵਾਲੇ ਸਿੰਗਲ ਵਾਲੇ ਹੈਂ ਡਾਈਟਿੰਗ 'ਚ ਆ ਜਾਂਦੇ ਤੇਲੇ ਹੋਏ, ਇਹ ਚਾਲੂ ਨਹੀਂ ਨਾ ਹੁੰਦੇ ਤਾਂ ਡਾਈਟਿੰਗ 'ਚ ਆ ਜਾਂਦੇ ਆ। ਚੱਲ ਕੋਈ ਨੀ, ਪਹਿਲਾਂ ਰਬੜ ਨੂੰ ਬਣਾ ਦਿੰਦੇ ਆ। ਚੱਲ ਕੋਈ ਗੱਲ ਨੀ, ਥੋੜੇ ਠਰ ਲੈਂਦੇ ਬਸ ਖਾ ਦੇ ਮਨ। ਅਬੂ ਖਾਣਾ ਅਲਾ ਰਬੂ ਖਾ ਲਾ ਪਹਿਲਾਂ, ਫਿਰ ਤੇਰੀ ਮੀਟਿੰਗ ਸ਼ੁਰੂ ਹੋਣ ਵਾਲੀ ਆ, ਤੇ ਫਿਰ ਮੀਟਿੰਗ ਤਾਂ ਤੇਰੀ ਇੱਥੇ ਸ਼ੁਰੂ ਹੋਣੀ ਨਾਲ ਦੀ ਨਾ। ਚੱਲ ਠੀਕ ਆ, ਫਿਰ ਖਾ ਲਾ ਉੱਥੇ ਬੈਠ ਕੇ, ਦੂਜੀ ਵਾਰੀ ਆਉਣ ਦੀ।
ਇਧਰ ਆਓ ਇਧਰ ਆ ਜਾਓ ਇਧਰ ਤੇਲ ਪੈ ਜੂ ਉੱਤੇ ਆ ਜਾਓ ਜਾਓ ਇਧਰ ਆ ਜਾਓ ਗੱਲ ਕਿੱਥੇ ਸੁਣਦੇ ਆ ਨਿਆਣੇ ਅੱਜ ਕੱਲ ਦੇ ਭੱਜ ਕੇ खाला खाला तो यही सी अपना पकौड़िया का ब्लॉग इतने आप ब्रैड पकौड़े खाते मौसम घैंट सीगा पूरा तो पूरा आनंद लिया ते... ते एक चीज होर तुसी सारे पूछते सी कि आपा कंजका ते रहू ते रहू नू की गिफ्ट दिता वा ते ओ तुसी देखो नेक्स्ट मिलते हैं तुहानू अगले व्लॉग तक सारे प्यार भरी सत श्री अकाल बाय 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 बाय।